ਤੇ ਮੈਂ ਦੇਖਿਆ ਕਿ ਜਦੋਂ ਲੋਕੀ ਆਪਣੀ ਜ਼ੁਬਾਨੀ ਦੱਸਦੇ ਨੇ ਕਿ ਕਿੰਨਾ ਫਾਇਦਾ ਹੋਇਆ ਇਸ ਸਕੀਮਾਂ ਦਾ ਤੇ ਬਹੁਤ ਅਸਰ ਪੈਂਦਾ ਹੈ ਉਹਦਾ ਇੰਪੈਕਟ ਪੈਂਦਾ ਹੈ ਕੱਲ ਵੀ ਮੈਂ ਦੇਖਿਆ ਫਰੀਦਕੋਟ ਵਿੱਚ ਕਿ ਸਾਡੀਆਂ ਭੈਣਾਂ ਕਿੰਨੀਆਂ ਖੁਸ਼ ਸੀਗੀਆਂ ਜਦੋਂ ਪੀਐਮ ਉਜਵਲਾ ਯੋਜਨਾ ਦੇ ਤਹਿਤ ਉਹਨਾਂ ਨੂੰ ਸਿਲੰਡਰ ਮਿਲਿਆ ਸਿਮਿਲਰਲੀ ਪੀਐਮ ਆਵਾਸ ਯੋਜਨਾ ਦੇ ਤਹਿਤ ਜਦੋਂ ਅਸੀਂ ਪੱਕਾ ਮਕਾਨ ਬਣਾ ਲੈਂਦੇ ਹਾਂ ਤੇ ਰੋਟੀ ਕੱਪੜਾ ਮਕਾਨ ਤਿੰਨ ਹੀ ਬੇਸਿਕ ਨੀਡਸ ਹੁੰਦੀਆਂ ਸਾਡੀਆਂ ਤੇ ਉਹਦੇ ਵਿੱਚੋਂ ਜਦੋਂ ਮਕਾਨ ਸਾਡਾ ਪੱਕਾ ਬਣ ਜਾਵੇ ਤੇ ਇੱਕ ਬਹੁਤ ਵੱਡੀ ਉਪਲਬਧੀ ਹੁੰਦੀ ਹੈ ਤੇ ਇਸੇ ਤਰ੍ਹਾਂ ਹੈਲਥ ਸੈਕਟਰ ਵਿੱਚ ਆਯੁਸ਼ਮਾਨ ਕਾਰਡ ਬਣਾਉਣ ਦਾ ਇੱਕ ਬਹੁਤ ਵੱਡਾ ਕਾਰਜਕ੍ਰਮ ਚੱਲਦਾ ਪਿਆ ਤੇ ਜਦੋਂ ਸਾਡੇ ਪਰਿਵਾਰ ਦੇ ਉੱਤੇ ਸਾਡੇ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਪੈ ਜਾਂਦਾ ਤੇ ਸਾਨੂੰ ਸਮਝ ਆਉਂਦੀ ਹੈ ਕਿ ਜਿਹੜੀ ਵੀ ਅਸੀਂ ਸੇਵਿੰਗ ਕੀਤੀ ਹੋਈ ਹੈ ਜਿਹੜੀ ਬਚਤ ਕੀਤੀ ਹੋਈ ਹੈ ਉਹ ਕਿਸ ਤਰ੍ਹਾਂ ਖਤਮ ਹੋ ਜਾਂਦੀ ਹੈ ਉਹ ਇਲਾਜ ਵਾਸਤੇ ਪੈਸਾ ਲਾਣਾ ਪੈਂਦਾ ਹੈ ਤੇ ਜੇ ਅਸੀਂ ਸਹੀ ਵਕਤ ਤੇ ਆਯੁਸ਼ਮਾਨ ਕਾਰਡ ਬਣਵਾ ਲਈਏ ਤੇ ਸਰਕਾਰ ਉਹ ਇਲਾਜ ਦਾ ਪੂਰਾ ਭਾਰ ਚੱਕ ਲੈਂਦੀ ਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਵੱਡੀਆਂ ਵੱਡੀਆਂ ਸਕੀਮਾਂ ਚੱਲ ਰਹੀਆਂ ਭਾਰਤ ਸਰਕਾਰ ਵੱਲੋਂ ਤੇ ਇਸ ਯਾਤਰਾ ਦਾ ਇਹ ਹੀ ਮਕਸਦ ਹੈਗਾ ਕਿ ਤੁਹਾਨੂੰ ਉਹਨਾਂ ਸਕੀਮਾਂ ਦੇ ਬਾਰੇ ਦੱਸਿਆ ਜਾਵੇ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਹਨਾਂ ਦਾ ਲਾਭ ਉਠਾਓ ਹੁਣ ਮੈਂ ਰਿਕੁਐਸਟ ਕਰਾਂਗੀ ਕਿ ਜਿਹੜੇ ਜਿਹੜੇ ਸੈਂਟਰਲ ਨੋਡਲ ਏਜੰਸੀ ਦੇ ਇੱਥੇ ਅਫਸਰ ਆਏ ਨੇ ਉਹ ਤੁਹਾਨੂੰ ਆਪਣੀਆਂ ਆਪਣੀਆਂ ਸਕੀਮਾਂ ਦੇ ਬਾਰੇ ਦੱਸਣ ਤੇ ਜਿਹੜੇ ਲਾਭਾਰਥੀ ਇੱਥੇ ਨੇ ਵੱਖਰੀਆਂ ਵੱਖਰੀਆਂ ਸਕੀਮਾਂ ਦੇ ਜਿਨ੍ਹਾਂ ਨੇ ਲਾਭ ਉਠਾਏ ਨੇ ਉਹ ਵੀ ਆਪਣਾ ਐਕਸਪੀਰੀਅੰਸ ਸਾਂਝਾ ਕਰਨ ਤੇ ਤੁਹਾਨੂੰ ਦੱਸਣ ਥੈਂਕ ਯੂ